ਦਾਰੂ ਪੀ ਵੀ ਲਈਏ ਜੇ ਰਹੀਏ ਸੂਤਬਾਈ ਜੀ ਹੁੰਦੀ ਦਾਰੂ ਦੀ ਏ ਮਾੜੀ ਕਰ ਤੂਤਬਾਈ ਜੀ ਹੁੰਦੀ ਦਾਰੂ ਦੀ ਏ ਮਾੜੀ ਕਰ ਤੂਤਬਾਈ ਜੀ ਹੋ ਦੀ ਕਾਦੀ ਪੀਣੀ ਜੀ ਨੇ ਦਾਲ ਡੋਲਲੀ ਆਪਣੇ ਹੀ ਪੈਰਾਂ ਵਿੱਚ ਪੱਗ ਰੋਲ ਲਈ ਹੋ ਸੁਣਾ ਨਹੀਂ ਮੰਦਾ ਜੁਗ ਬੀਤ ਗਏ ਰਹਿ ਗਏ ਜ਼ਿੰਦਗਾਨੀ ਦੇ ਦਿਨ ਥੋੜੇ ਹੋ ਯਾਰ ਯਾਰਾਂ ਨਾਲ ਹੱਸਦੇ ਫਿਰਦੇ ਤੇ ਯਾਰ ਯਾਰਾਂ ਨਾਲ ਗੁੱਸੇ ਆ ਸਜਣਾ ਆ ਗਲ ਲੱਗ ਮਿਲਿਏ ਵੇ ਕਿਤੇ ਮਰਨਾ ਜਾਇਰ ਸੇ ਮੇਰੇ ਹਰ ਇੱਕ ਗਾਲ ਦੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਵਾਗਤ ਕਰਦਾ ਹਾਂ ਤੁਹਾਡਾ ਆਪਣੀ ਅੱਜ ਦੀਸ ਵੀਡੀਓ ਦੇ ਵਿੱਚ ਇੱਕ ਦੋ ਵੀਡੀਓ ਤੁਹਾਡੇ ਵਾਸਤੇ ਮੈਂ ਬਣਾਈਆਂ ਲੈਂਗੀਆਂ ਮਤਲਬ ਕਹਿ ਦਈਏ ਵੀ ਪੰਜਾਬ ਦੇ ਵਿੱਚ ਜਾਂ ਆਪਣੇ ਆਸੇ ਪਾਸੇ ਜਿਹੜੇ ਵੀਰ ਨੇਗੇ ਗਾਇਕੀ ਦੇ ਨਾਲ ਸਬੰਧਤ ਨੇਗੇ ਪਰ ਉਹ ਆਪਣੀ ਗਰੀਬੀ ਦੇ ਕਰਕੇ ਉੱਥੇ ਖੜੇ ਰਹਿ ਗਏ ਉਹਨਾਂ ਚੋਂ ਹੀ ਸਾਡਾ ਭਰਾ ਗਾਇਕ ਬਾਈ ਰਾਜਨ ਗਿੱਲ ਆਪਣੇ ਆਫਿਸ ਦੇ ਨਾਲ ਹੀ ਬਾਈ ਬਾਲਾ ਦੀ ਕਟਿੰਗ ਦਾ ਕੰਮ ਕਰਦਾਗਾ ਬੜੇ ਵਾਰੀ ਅਸੀਂ ਸੋਚਿਆਗਾ ਕਿ ਆਪਾਂ ਰਾਜਨ ਦੇ ਨਾਲ ਰਾਜੂ ਦੇ ਨਾਲ ਇੰਟਰਵਿਊ ਕਰੀਏ ਪਰ ਉਹਦਾ ਕਦੇ ਸੁਭਾਅ ਨਹੀਂ ਜਿਵੇਂ ਆ ਅੱਜ ਅਸੀਂ ਇਹ ਯਤਨ ਕਰਦੇ ਆਂਗੇ ਤੁਹਾਡੇ ਨਾਲ ਇਹਨੂੰ ਬਾਈ ਨੂੰ ਮਿਲਾਉਣਾਗਾ ਤੇ ਆਜੋ ਵੀਡੀਓ ਦੀ ਆਪਾਂ ਸ਼ੁਰੂਆਤ ਕਰਦੇ ਆਂ ਆਓ ਬਾਈ ਰਾਜਰ ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਤੇ ਰਾਜੂ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਉਮਰ ਕਿੰਨੀ ਹੋ ਚੁੱਕੀ ਹੈ ਵੈਸੇ ਹੁਣ ਮੇਰੀ ਉਮਰ ਬਾਜੀ ਤਕਰੀਬਨ ਤਕਰੀਬਨ 35 ਸਾਲ ਦੀ ਹੈਗੀ ਜੀ 35 ਸਾਲ ਦੀ ਹੈਗੀ ਤੇ ਕਿਹੜੇ ਸਾਲਾਂ ਤੋਂ ਗਾਉਣਾ ਸ਼ੁਰੂ ਕਰਤਾ ਸੀਗਾ ਜੀ ਆਪਾਂ ਸ਼ੁਰੂਆਤ ਦੀ ਗੱਲ ਕਰੀਏ ਸ਼ੁਰੂਆਤ ਤੁਸੀਂ ਮੰਨ ਲਓ ਜੀ ਜਿਹੜੀ ਸਟਾਰਟਿੰਗ ਪਹਿਲੀ ਵਾਰ ਨਾ ਗਿਆ ਸੀਗਾ ਨਿੰਮੂ ਜਵਾਜ ਪੰਜਾਬ ਦੇ ਆਇਆ ਸੀਗਾ ਅੱਛਾ ਅੱਜ ਤੋਂ ਮੇਰਾ ਖਿਆਲ ਆਹੋ 2008-09 ਦੀ ਗੱਲ ਹੋ 2008-09 ਦੀ ਗੱਲ ਸੀਗੀ ਹਾਂਜੀ ਹਾਂਜੀ ਉਦੋਂ ਗਿਆ ਸੀ ਜਿਵੇਂ ਬਸ ਉਦੋਂ ਜਨੂਨ ਹੀ ਸੀਗਾ ਜਨ ਅੱਛਾ ਜਨੂਨ ਸੀਗਾ ਚਲੋ ਗਏ ਤੇ ਆਡੀਸ਼ਨ ਦੇਣ ਗਏ ਫਸਟ ਟਾਈਮ ਗਏ ਜੀ ਆਡੀਸ਼ਨ ਚ ਮੈਂ ਪਾਸ ਹੋ ਗਿਆ ਸੀਗਾ ਅੱਛਾ ਪਰ ਉੱਥੇ ਕੁਝ ਕੁ ਅੱچھے ਸਿੰਗਰ ਆਏ ਹੋ ਸੀ ਉਹਨੂੰ ਪਤਾ ਸਾਨੂੰ ਇਹ ਸੀਗਾ ਵੀ ਕਲਾਸੀਕਲ ਸੁਣਨ ਵਾਲੇ ਸਿੰਗਰ ਹੈਗੇ ਨੇ ਔਰ ਮੈਨੂੰ ਤੇ ਅੰਦਰੋਂ ਦਿਨੋਂ ਇਹ ਹੀ ਸੀਗਾ ਕਿ ਮੈਂ ਆਡੀਸ਼ਨ ਦੇ ਵਿੱਚੋਂ ਨਿਕਲ ਚੁੱਕਿਆ ਹਾਂ ਔਰ ਅੱਗੇ ਜਾ ਕੇ ਵੀ ਮੈਂ ਹੋ ਸਕਦਾ ਮੈਂ ਫਾਈਨਲ ਦੇ ਵਿੱਚ ਚਲੇ ਜਾਵਾਂ ਲੇਕਿਨ ਮੈਨੂੰ ਉਮੀਦ ਨਹੀਂ ਸੀ ਵੀ ਇਹ ਸਿੰਗਰ ਇਸ ਤਰ੍ਹਾਂ ਮਤਲਬ ਇਹਨਾਂ ਕਰਨਗੇ ਅੱਛਾ ਚਲੋ ਮੈਂ ਜਦੋਂ ਇੰਟਰ ਹੋਇਆ ਜੀ ਜਿਹੜਾ ਉਹਨਾਂ ਦਾ ਜੱਜਾਂ ਦਾ ਗੇਟ ਹੁੰਦਾ ਨਾ ਜੇ ਐਂਟਰੀ ਗੇਟ ਉਹਦੇ ਵਿੱਚ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਜੀ ਆਡੀਸ਼ਨ ਮੈਂ ਪਾਸ ਕਰ ਗਿਆ ਸੀਗਾ ਮੇਰੇ ਮੇਤੋ ਮੇਤੋ ਬਾਵਜੂਦ ਇੱਕ ਲੜਕੀ ਹੋਰ ਸੀਗੀ ਬਹੁਤ ਵੇਸੋਰਾ ਗਾਉਂਦੀ ਸੀ ਪਰ ਮੈਂ ਆਪਣੇ ਆਪ ਨੂੰ ਇਹ ਨਹੀਂ ਕਹਿੰਦਾ ਬਹੁਤ ਅੱਛਾ ਗਾਉਣਾ ਮੈਂ ਪਰ ਉਹ ਉਸਦੇ ਮਤਲਬ ਉਹ ਉਹਨੂੰ ਅੱਗੇ ਕੱਢਦਾ ਜੀ ਉਹਨੂੰ ਫਾਈਨਲ ਉਹ ਕਹੀ ਵੀ ਥੋੜੀ ਪੈਸੇ ਲਈ ਗੇਮ ਲੱਗੀ ਹਾਂਜੀ ਪੈਸੇ ਲਈ ਗੇਮ ਲੱਗੀ ਇਹ ਮੈਨੂੰ ਪਤਾ ਲੱਗਿਆ ਉਸ ਤੋਂ ਬਾਅਦ ਮੇਰਾ ਮਨ ਮਤਲਬ ਕਿ ਬਦਲ ਗਿਆ ਵੀ ਛਾਡੂ ਪਰਾਂਗਾ ਪੱਕੀ ਲੈਣਾ ਗਾਇਕੀ ਤੋਂ ਵੀ ਆਪਣੇ ਵਾਸਤੇ ਚੀਜ਼ਾਂ ਬਣੀਆਂ ਨਹੀਂ ਹਾਂ ਬਣੀਆਂ ਨਹੀਂ ਹੈਗੀਆਂ ਵੀ ਇਸ ਕਰਕੇ ਕੁਝ ਮੈਨੂੰ ਸਪੋਰਟ ਹੈ ਨਹੀਂ ਸੀ ਕੁਝ ਮੈਂ ਥੋੜਾ ਬਹੁਤ ਤੁਹਾਨੂੰ ਪਤਾ ਵੀ ਪੈਸੇ ਕੋਲ ਤੰਗ ਸੀਗਾ ਇਸ ਕਰਕੇ ਮੈਂ ਛਾਡੂ ਪਰਾਂ ਮੈਂ ਕਵੀਲਦਾਰੀ ਦੇ ਵਿੱਚ ਪੈ ਗਿਆ ਬੱਚੇ ਚ ਪੈ ਗਿਆ ਇਸ ਕਰਕੇ ਮੈਂ ਛੱਡਤਾ ਹਾਂ ਅਸਲ ਤੇ ਹੁਣ ਜੇ ਆਪਾਂ ਗੱਲ ਕਰੀਏ ਵੀ ਅੱਜ ਕੱਲ ਵੀ ਇਹ ਕੁਝ ਚੱਲ ਰਿਹਾ ਕੋਈ ਮਾੜਾ ਮੋਟਾ ਰਿਆਜ ਚੱਲਦਾ ਹੈ ਪਰ ਜਦੋਂ ਮੈਂ ਫ੍ਰੀ ਟਾਈਮ ਹੁੰਨਾਗਾ ਜਦੋਂ ਮੇਰੇ ਕੋਲ ਟਾਈਮ ਹੁੰਦਾ ਮੈਂ ਗੁਣਗੁਣਾਉਂਦਾ ਰਹਨਾਗਾ ਚਾਹੇ ਮੈਂ ਇੱਕ ਗੀਤ ਗਾਵਾਂ ਚਾਹੇ ਦੋ ਗਾਵਾਂ ਮੈਂ ਆਪਣਾ ਕੈਵਨ ਬੰਦ ਕਰਕੇ ਆਪਣਾ ਇੱਕ ਦੋ ਗੀਤ ਤਾਂ ਡੇਲੀ ਗਾਉਣੇ ਗਾਉਣੇ ਜਿੱਦਾਂ ਮਨ ਕਰੀਦਾ ਸਾਨੂੰ ਦੂਰ ਬੈਠਿਆਂ ਨੂੰ ਆਵਾਜ਼ਾਂ ਸੁਣਦੀਆਂ ਰਹਿੰਦੀਆਂ ਨੇ ਇੱਕ ਤਾਂ ਇਹਦਾ ਸਕੇਲ ਵਾਲਾ ਉੱਚਾਗਾ ਉੱਚੀ ਵਾਲਾ ਗਾਉਂਦਾਗਾ ਮਤਲਬ ਵੀ ਜੇ ਆਪਾਂ ਕਹਿ ਦਈਏ ਵੀ ਹੋ 200 ਮੀਟਰ ਤੱਕ ਤਾਂ ਉਹੀ ਆਵਾਜ਼ ਜਾਂਦੀ ਹੈ ਬਿਨਾ ਮਾਈਕ ਤੋਂ ਬਿਨਾ ਸਪੀਕਰਾਂ ਤੋਂ ਹਾਂਜੀ ਤੇ ਜੇਪ ਗੱਲ ਕਰੀਏ ਵੀ ਇਹਦੇ ਵਿੱਚ ਹੋਰ ਨਿਖਾਰ ਲਿਆਉਣ ਵਾਸਤੇ ਕਦੇ ਕਦੇ ਦਿਲ ਕਰਦਾ ਵੀ ਰਿਆਜ ਕੀਤਾ ਜਾਂ ਵੀ ਜੇ ਸਮਾਂ ਮਿਲੇ ਹਾਂਜੀ ਹਾਂਜੀ ਰਿਆਜ ਕਰਨ ਦਾ ਦਿਲ ਕਰਦਾ ਪਰ ਸਮਾਂ ਨਹੀਂ ਇਜਾਜ਼ਤ ਨਹੀਂ ਤੁਹਾਨੂੰ ਪਤਾ ਇੰਨੀਆਂ ਕਵਬਿਲਦਾਰੀਆਂ ਇੰਨੀਆਂ ਜ਼ਿੰਮੇਵਾਰੀਆਂ ਪੈ ਚੁੱਕੀਆਂ ਨੇ ਕਿ ਸਮਾਂ ਨਹੀਂ ਔਰ ਨਾ ਹੀ ਕਿਸੇ ਦੀ ਮਿੱਤਰ ਦੀ ਸਪੋਰਟ ਹੈ ਨਾ ਹੀ ਕਿਸੇ ਰਿਸ਼ਤੇਦਾਰ ਦੀ ਸਪੋਰਟ ਹੈ ਬਲਕਿ ਬਾਲੀ ਵਾਈਫ ਦੀ ਸਪੋਰਟ ਵੀ ਹੈ ਨਹੀਂ ਕਿਉਂ ਕਰੇ ਕਿਉਂਕਿ ਇੰਨੀ ਜ਼ਿੰਮੇਵਾਰੀਆਂ ਵਧੀਆਂ ਪਈਆਂ ਬੱਚਿਆਂ ਦੀ ਇਸ ਕਰਕੇ ਨਹੀਂ ਫਿਰ ਮਤਲਬ ਵੀ ਵਾਈਫ ਗਾਉਣ ਤੋਂ ਵੀ ਰੋਕਦੇ ਹਾਂ ਹਾਂਜੀ ਤਾਂ ਹੁਣ ਤੁਹਾਨੂੰ ਪਤਾ ਮਣੀ ਨੋਕਚੁਕ ਚੱਲਦੀ ਰਹਿੰਦੀ ਆ ਉਹ ਕਹਿੰਦੇ ਵੀ ਤੁਸੀਂ ਗਾ ਸਮਾਹ ਹੁੜੇ ਨਹੀਂ ਉਮਰ ਹੋ ਚੁੱਕੀ ਆ ਤੁਸੀਂ ਆਪਦਾ ਜ਼ਿਆਦਾਤਰ ਤਾਂ ਜ਼ਿਆਦਾਤਰ ਤਾਂ ਕੰਮ ਦੇ ਵਿੱਚ ਹੀ ਧਿਆਨ ਦੋ ਆਪਾ ਅੱਛਾ ਏ ਤੁਸੀਂ ਕੰਮ ਕਰਦਾ ਇਸ ਕਰਕੇ ਮੇਰਾ ਮਨ ਬਹੁਤ ਉਦਾਸ ਹੋ ਚੁੱਕਿਆ ਵੀ ਮੈਂ ਯਾਰ ਗਾਇਕੀ ਛੱਡਾਂ ਕਿਉਂਕਿ ਆਪਣੀ ਸਪੋਰਟ ਤਾਂ ਹੈ ਨਹੀਂ ਕੋਈ ਜੇ ਕਿਸੇ ਦੀ ਸਪੋਰਟ ਹੋਏਗੀ ਤਾਂ ਫੇਰ ਹੀ ਮਤਲਬ ਮਨ ਗਾਉਣ ਨੂੰ ਦਿੰਦਾ ਪਰ ਮੇਰਾ ਹਾਂ ਹਰ ਵਕਤ ਇੰਜ ਹੁੰਦਾ ਵੀ ਡੇਲੀ ਮੈਂ ਇੱਕ ਅਦਾ ਗੀਤ ਗਾਵਾ ਯਾਰ ਕਿਤੇ ਮੈਂ ਕੱਲਾ ਹੋਵਾਂ ਆ ਕੱਲਾ ਹੋਵਾਂ ਵੀ ਗੀਤ ਗਾਈ ਜਾਵਾਂ ਗਾਈ ਜਾਵਾਂ ਬਸ ਮੈਨੂੰ ਕੋਈ ਸੁਣਨ ਸਟੇਜ ਤੇ ਮੈਂ ਚੜਾਂ ਮੈਨੂੰ ਕੋਈ ਸੁਣੇ ਪਰ ਇਹ ਮੇਰੇ ਦਿਲ ਦੀ ਮੈਨੂੰ ਹੀ ਪਤਾ ਹੈ ਹੋਰ ਕਿਸੇ ਨੂੰ ਨਹੀਂ ਪਤਾ ਤੇ ਰਜੂ ਜਿਵੇਂ ਹੁਣ ਮਤਲਬ ਬਾਲਾਂ ਦੀ ਕਟਿੰਗ ਦਾ ਕੰਮ ਕਰਦਾ ਹਾਂ ਹਾਂਜੀ ਤੇ ਕੰਮ ਦੇ ਵਿੱਚ ਪੂਰਾ ਧਿਆਨ ਲੱਗ ਜਾਂਦਾ ਉਸ ਵੇਲੇ ਧਿਆਨ ਤਾਂ ਲੱਗ ਜਾਂਦਾ ਮੈਨੂੰ ਐ ਹੁੰਦਾ ਵੀ ਛੇਤੀ ਮੈਂ ਆਪਣਾ ਕੰਮ ਨਿਵੇੜਾਂ ਜੀ ਹੂੰ ਕੰਮ ਨਿਵੇੜ ਕੇ ਤੇ ਉਸ ਤੋਂ ਬਾਅਦ ਆਪਣਾ ਮਗਾਉਣਾ ਸ਼ੁਰੂ ਕਰਾਂਗਾ ਕਿ ਮੈਂ ਇਹਦਾ ਹੁਣ ਜਿਵੇਂ ਸਪੋਜ਼ ਕਰਮ ਇੱਕ ਦੀ ਕਟਿੰਗ ਕਰ ਰਹੇ ਹਾਂ ਜੀ ਉਹਦੇ ਵਾਲ ਕਟਿੰਗ ਹੋ ਗਈ ਤਾਂ ਮੈਂ ਦੇਖਿਆ ਵੀ ਹੁਣ ਕੋਲ ਅੱਧਾ ਘੰਟਾ ਜਾਂ ਘੰਟਾ ਹੈਗਾ ਤਾਂ ਉਸ ਤੋਂ ਬਾਅਦ ਇੱਕ ਅਦਾ ਗੀਤ ਮੈਂ ਸਟਾਰਟ ਕਰਦਾ ਆ ਉਹਦਾ ਜੋ ਪੂਰਾ ਪ੍ਰੋਪਰ ਗਾਣਾ ਹੈ ਤੇ ਫਿਰ ਮੈਨੂੰ ਐਦਾ ਮਨ ਨੂੰ ਸੰਤੁਸ਼ਟੀ ਹੋ ਜਾਂਦੀ ਵੀ ਹਾਂ ਮੈਂ ਗੀਤ ਗਾ ਉਹ ਕੀੜਾ ਸ਼ਾਂਤ ਹੋ ਗਿਆ ਹਾਂ ਕੀੜਾ ਸ਼ਾਂਤ ਹੋ ਗਿਆ ਜੀ ਬਸ ਪਰ ਮੈਨੂੰ ਇਹ ਆਤਾ ਵੀ ਮਨ ਕੇ ਪਰ ਹਜੇ ਵੀ ਕੁਝ ਮੇਰੇ ਦਿਲ ਚ ਤਮੰਨਾ ਹੈ ਜੇ ਕੋਈ ਮੈਨੂੰ ਸਮਝੇ ਕਿ ਮੈਂ ਕੁਝ ਨਾ ਕੁਝ ਵੀ ਕਰਾਂ ਵੀ ਮੈਂ ਇੱਕ ਵਾਰ ਟ੍ਰੈਕ ਕਰਵਾ ਲਾਂ ਜਾਂ ਆਡੀਓ ਕਰਵਾ ਲਾਂ ਜਾਂ ਵੀਡੀਓ ਕਰਵਾ ਲਾਂ ਹਜੇ ਮੇਰੇ ਦਿਲ ਦੇ ਵਿੱਚ ਚਾਹਨਾ ਹੈਗੀ ਆ ਪਰ ਜੇ ਕੋਈ ਸਮਝੇ ਪਰ ਮੇਰਾ ਕੋਈ ਆਪਣਾ ਤਾਂ ਨਹੀਂ ਸਮਝਦਾ ਬਾਕੀ ਪਰਮਾਤਮਾ ਨੇ ਛੱਡਿਆ ਲੋਕ ਲੇਖ ਨੇ ਕੀ ਕਹਿੰਦਾ ਸੱਚੇ ਬਾਦਸ਼ਾਹ ਤੇ ਜ਼ਿਆਦਾ ਕਿਹੜੇ ਗਾਇਕਾਂ ਨੂੰ ਸੁਣਦੇ ਹੋ ਅਸਲ ਦੇ ਵਿੱਚ ਮੈਂ ਬਚਪਨ ਤੋਂ ਹੀ ਜਦੋਂ ਮੇਰੀ 14 15 ਸਾਲ ਦੀ ਸੀ ਸੁਝ-ਬੂਝ ਹੋ ਜਾਂਦੀ ਹੈ ਬੱਚੇ ਹੂੰ 15 ਸਾਲ ਤੋਂ 14 ਸਾਲ ਤੋਂ ਮੈਂ ਸਰਦੂਲ ਸਿਕੰਦਰ ਸਾਹਿਬ ਸੁਣਨ ਲੱਗਾ ਸੀਗਾ ਅੱਛਾ ਜਾਂ ਦੁਰਗਾਰ ਗਿੱਲਾ ਜੀ ਆਪਣੇ ਹੂੰ ਉਹਨਾਂ ਤੋਂ ਮੈਂ ਕਲਾਸਿਕਲੀ ਪਹਿਲਾਂ ਤੋਂ ਮੈਂ ਮਤਲਬ ਸੁਣਿਆ ਔਰ ਗਾਇਆ ਉਹਨਾਂ ਨੂੰ ਮੈਂ ਜ਼ਿਆਦਾ ਫੈਨ ਉਹਨਾਂ ਦਾ ਚਲੋ ਅੱਜ ਨਹੀਂ ਦੁਨੀਆ ਤੇ ਰਹੇ ਹੋ ਫਿਰ ਵੀ ਜ਼ਿੰਦਗੀ ਭਰ ਉਹਨਾਂ ਦਾ ਮੈਂ ਸਾਰੀ ਜ਼ਿੰਦਗੀ ਫੈਨ ਰਹੂੰਗਾ ਔਰ ਉਹਨਾਂ ਦੇ ਮੈਂ ਮਤਲਬ ਚੇਲਾ ਬਣ ਕੇ ਰਹੂੰਗਾ ਉਸਤਾਦ ਨੇ ਮੇਰੇ ਸਰਦੂਲ ਸਿਕੰਦਰ ਸਾਹਿਬ ਹਾਂਜੀ ਐਂ ਗਾਣਾ ਹੋ ਜੀ ਸਿਕੰਦਰ ਸਾਹਿਬ ਹੋ ਕਦੈਸ ਪੈਰ ਥਲੇ ਕਦੈ ਉਸ ਪੈਰ ਥਲੇ ਕਾਤੋਂ ਠੋਕਰਾਂ ਤੁਮਾਰੇ ਅੱਗੇ ਬੜੇ ਦੁੱਖ ਚੱਲੇ ਮਰਮੁਕਿਆਂ ਤੋਂ ਹਏ ਮਰਮੁਕਿਆਂ ਤੋਂ ਜੀਣਦੇ ਸਵਾਲ ਪੁੱਛਦੀ ਨਹੀਂ ਤੂੰ ਜਾਣ ਜਾਣ ਕੇ ਨਹੀਂ ਤੂੰ ਜਾਣ ਜਾਣ ਕੇ ਪੱਤ ਝੜਾਂ ਵਿੱਚ ਪੱਤਿਆਂ ਦਾ ਹਾਲ ਪੁੱਛਦੀ ਏ ਜਾਣ ਜਾਣ ਕੇ ਨੀ ਤੂੰ ਜਾਣ ਜਾਣ ਕੇ ਨੀ ਤੂੰ ਜਾਣ ਜਾਣ ਕੇ ਨੀ ਤੂੰ ਜਾਣ ਜਾਣ ਕੇ ਹਾਂ ਤਾਂ ਇਹ ਲੱਗਦਾਗਾ ਵੀ ਜਿਵੇਂ ਸੱਚਮੁੱਚ ਦੇ ਵਿੱਚ ਇਕਬਦਰ ਸਾਹਿਬ ਗਾਉਂਦੇ ਹੁੰਦੇ ਨੇਗੇ ਮਤਲਬ ਪਲੇਖਾ ਪਾਉਂਦੀ ਆ ਆਵਾਜ਼ ਨਹੀਂ ਬਸ ਜੀ ਮਤਲਬ ਮੈਂ ਸ਼ੁਰੂ ਤੇ ਉਹਨਾਂ ਨੂੰ ਗਾਉਣਾਗਾ ਪਰ ਕਿਸੇ ਨੇ ਇਹਨੂੰ ਸਮਝਿਆ ਨਹੀਂ ਪ੍ਰੈਸ ਕਰਕੇ ਜੇ ਨੂੰ ਮੈਨੂੰ ਪਤਾ ਲਾ ਵੀ ਮੈਂ ਗਾ ਸਕਦਾ ਸਦੂ ਸੰਦਰ ਸਾਹਿਬ ਗਾ ਸਕਦਾ ਜਾਂ ਦੁਰਗਾ ਗਾ ਸਕਦਾ ਪਰ ਇਹਨੂੰ ਨਹੀਂ ਪਤਾ ਹੁਣ ਜਿਹਨੇ ਹੁਣ ਨਵੇਂ ਗੀਤ ਆ ਕਿਸ ਤਰ੍ਹਾਂ ਦੇ ਆ ਰਹੇ ਤੁਹਾਨੂੰ ਪਤਾ ਲੋਕ ਉਸ ਤਰ੍ਹਾਂ ਪਸੰਦ ਕਰਦੇ ਆ ਪਰ ਜਿਹੜਾ ਮੈਨੂੰ ਪਸੰਦ ਆਤਾ ਉਹ ਮੈਂ ਹੀ ਗਾਉਂਗਾ ਮੈਨੂੰ ਬਹੁਤ ਅੱਛਾ ਲੱਗਦਾ ਨੇ ਉਹ ਰਜੂ ਜਿਵੇਂ ਨਵਿਆਂ ਦੇ ਵਿੱਚੋਂ ਕੋਈ ਨਾ ਕੋਈ ਗੀਤ ਆ ਇਦਾਂ ਦਾ ਲੱਗਦਾ ਹੁੰਦਾਗਾ ਵੀ ਜਿਹੜਾ ਵਧੀਆ ਆ ਰਿਹਾ ਕੋਈ ਹੈ ਨਵਿਆਂ ਦੇ ਵਿੱਚੋਂ ਹਾਂਜੀ 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 ਮੈਨੂੰ ਬਹੁਤ ਹੀ ਆਪਣੇ ਸਿੰਗ ਰਣਜੀਤ ਬਾਵਾ ਜੀ ਉਹ ਵੀ ਦੇਖ ਲਓ ਤੁਹਾਨੂੰ ਪਤਾ ਹੈ ਵੀ ਵੌਇਸ ਆਫ ਪੰਜਾਬ ਚੁਗੇ ਹੋ ਨੇ ਬਹੁਤ ਅੱਜ ਕੱਲ੍ਹ ਉਹ ਫਿਲਮ ਹੋ ਬਾਵਾ ਮਿੱਟੀ ਦਾ ਬਨਉਨੀਆ ਹੇ ਹੋ ਬਾਵਾ ਮਿੱਟੀ ਦਾ ਬਨਉਨੀਆ ਉਹਨੂੰ ਤੇਰੀ ਪੱਗ ਬਨ ਕੇ ਦੁੱਖ ਦਿਲ ਦਾ ਸੁਣਾਉਨੀਆ ਹੋ ਬਾਵਾ ਮਿੱਟੀ ਦਾ ਬੋਲਦਾ ਨਹੀਂ ਹੋ ਹੋ ਬਾਵਾ ਮਿੱਟੀ ਦਾ ਬਨਉਨੀਆ ਉਹਨੂੰ ਤੇਰੀ ਪੱਗ ਬਨ ਕੇ ਦੁੱਖ ਦਿਲ ਦਾ ਸੁਣਾਉਨੀ ਆ ਹਾਏ ਦਵਾਰੀ ਕਰ ਲੈ ਚਲਈ ਹੂੰ ਦਵਾਰੀ ਕਰ ਲੈ ਹੋ ਸ਼ਾਲਾਂ ਕੁੱਗ ਵਸੇ ਸੰਧਾ ਪਿੰਡ ਮੇਰਾ ਹੋ ਕਦੇ ਛੂਵੇਂ ਨਾ ਗਰਮ ਹਵਾਏ ਇਹਨੂੰ ਜਿੱਥੇ ਗੁਜ਼ਰਿਆ ਬਚਪਨ ਭੁੱਲਣਾ ਨਾ ਹਾਏ ਦੇਖੇ ਜ਼ਿੰਦਗੀ ਮਲ ਗਵਾਏ ਨੂੰ ਹੋ ਚਿਹਰਿਆਂ ਦੇ ਉੱਤੇ ਪੌਂਡਾਂ ਡਾਲ ਰਾਂ ਦੀ ਲਾਲੀ ਐ ਉਪਰੀਆਂ ਨੇ ਜੇ ਬਾਂਹਾਂ ਤੇ ਦਿਲ ਸਾਡੇ ਖਾਲੀ ਏ ਹਾਸੇ ਨੇ ਬਨੌਟੀਆਂ ਤੇ ਹੰਝੂ ਸਾਡੇ ਝਾਲੀ ਏ ਕੰਮਾਂ ਉਤੇ ਜਾਨ ਦੀ ਵੀ ਹਾਲੇ ਬੜੀ ਕਾਲੀ ਏ ਹੋ ਜ਼ਿੰਦਗੀ ਜਿਉਣ ਦਾ ਜ਼ਿੰਦਗੀ ਜਿਉਣ ਦਾ ਰਿਹਾਨਾ ਸੁਆਦ ਪਿੰਡ ਮੇਰੇਆਂ ਪੁੱਲ ਦਿਨਾ ਸਾਨੂੰ ਤੇਰੀ ਯਾਦ ਪਿੰਡ ਮੇਰੇ ਆ ਪੁੱਲ ਦਿਨਾ ਸਾਨੂੰ ਤੇਰੀ ਯਾਦ ਪਿੰਡ ਮੇਰੇ ਆ ਪੁੱਲ ਦਿਨਾ ਸਾਨੂੰ ਤੇਰੀ ਯਾਦ ਪਿੰਡ ਮੇਰੇ ਆ ਪੁੱਲ ਦਿਨਾ ਸਾਨੂੰ ਉਹ ਹੋ ਯਾਰ ਯਾਰਾਂ ਨਾਲ ਹੱਸਦੇ ਫਿਰਦੇ ਤੇ ਯਾਰ ਯਾਰਾਂ ਨਾਲ ਗੁੱਸੇ ਆ ਸਜਣਾ ਆਗਲ ਲੱਗ ਮਿਲਿਏ ਵੇ ਕਿਤੇ ਮਰਨਾ ਜਾਇਰ ਸੇ ਤੇਰੀਆਂ ਮੈਂ ਤੇਰੀ ਰਾਂਝਾ ਤੇਰੀਆਂ ਮੈਂ ਤੇਰੀ ਵੇ ਤੇਰੀਆਂ ਮੈਂ ਤੇਰੀ ਰਾਂਝਾ ਤੇਰੀਆਂ ਮੈਂ ਤੇਰੀ ਵੇ ਤੂੰ ਏ ਮੇਰਾ ਮਕਾ ਚੰਨਾ ਤੂੰ ਏ ਮੇਰਾ ਹੱਜ ਵੇ ਦੁਨੀਆਂ ਨੂੰ ਲਾ ਕੇ ਆਵਾਂ ਦੱਸ ਕਿਹੜਾ ਪੱਜ ਵੇ ਦੁਨੀਆਂ ਨੂੰ ਲਾ ਕੇ ਆਵਾਂ ਦੱਸ ਕਿਹੜਾ ਪੱਜ ਵੇ ਹਏ ਬਾਬੂ ਨੇ ਦੀ ਕੀਤੀ ਸੀ ਮੈਂ ਮਨ ਤੂਬ ਤੇਰੀ ਵੇ ਤੇਰੀਆਂ ਮੈਂ ਤੇਰੀ ਰਾਂਝਾ ਤੇਰੀਆਂ ਮੈਂ ਤੇਰੀ ਵੇ ਹੋ ਬੱਚਿਆ ਨਾ ਕੋਈ ਕਹਿੰਦੇ ਇਸ਼ਕ ਦੀ ਅੱਗ ਤੋਂ ਕਰਿਆ ਪਿਆਰ ਫਿਰ ਡਰ ਨਾ ਕਿ ਜੱਗ ਤੋਂ ਰੇ ਯਾਹ ਪਿਆਰ ਫਿਰ ਡਰ ਨਾ ਕਿ ਜਗ ਤੋਂ ਹਾਇ ਮਾਨ ਕਾ ਵੇ ਜਿੰਦ ਤੇਰੀ ਗਮਾਆਂ ਕੇ ਰੀ ਵੇ ਤੇਰੀ ਆ ਮੈਂ ਤੇਰੀ ਰਾਂਜਾ ਤੇਰੀ ਆ ਮੈਂ ਤੇਰੀ ਵੇ ਏ ਦੁਨੀਆ ਤੋ ਖੇ ਵਾ ਜਾਂਦੀ ਏਹ ਦੁਨੀਆ ਤੋ ਖੇਵਾ ਜਾਂਦੀ ਇੱਥੇ ਯਾਰ ਬਣਾ ਕੇ ਠੱਗਦੇ ਨੇ ਮੂਹੋ ਮੋਮਨ ਦਿਲ ਦੇ ਕਾਫਰ ਨੇ ਮੂਹੋ ਮੋਮਨ ਦਿਲ ਦੇ ਕਾਫਰ ਨੇ ਗੰਗਾ ਦੇ ਪੰਡਿਤ ਲੱਗਦੇ ਨੇ ਇਹ ਦੁਨੀਆ ਤੋਖੇ ਵਾ ਜਾਂਦੀ ਇਹ ਦੁਨੀਆ ਤੋਖੇ ਵਾ ਜਾਂਦੀ ਵਧੀਆ ਮਤਲਬ ਗਾਉਂਦੀ ਰਹਿਣਾ ਆਮੀ ਮੈਂ ਹੋਏ ਅਸੀਂ ਹੱਸਦੇ ਜਿਨਾਂ ਨੂੰ ਚੁਬਦੇ ਆ ਸੁਖੀ ਵਸਦੇ ਜਿਨਾਂ ਨੂੰ ਚੁਬਦੇ ਆ ਅਸੀਂ ਹੱਸਦੇ ਜਿਨਾਂ ਨੂੰ ਚੁਬਦੇ ਆ ਸੁਖੀ ਵਸਦੇ ਜਿਨਾਂ ਨੂੰ ਚੁਬਦੇ ਆ ਉਹਨਾਂ ਨੂੰ ਯਾਰੀ ਨਹੀਂ ਆਉਂਦੀ ਉਹਨਾਂ ਨੂੰ ਯਾਰੀ ਨਹੀਂ ਆਉਂਦੀ ਤੇ ਸਾਨੂੰ ਆਉਂਦਾ ਵੈਰ ਨਹੀਂ ਜਿਹੜੇ ਦੁਸ਼ਮਣ ਬਣ ਕੇ ਟਕਰੇ ਨੇ ਮੇਰੇ ਸੱਜਣ ਨੇ ਕੋਈ ਗੈਰ ਨਹੀਂ ਜਿਹੜੇ ਦੁਸ਼ਮਣ ਬਣ ਕੇ ਟਕਰੇ ਨੇ ਮੇਰੇ ਸੱਜਣ ਨੇ ਕੋਈ ਗੈਰ ਨਹੀਂ ਜੋ ਪਿੱਠ ਤੇ ਸ਼ੁਰੀਆਂ ਵੱਜੀਆਂ ਨੇ ਅਸੀਂ ਇੱਕ ਉੱਤੇ ਵੀ ਖਾ ਲੈਂਦੇ ਉਹ ਜਾਨ ਵੀ ਮੰਗਦੇ ਦੇ ਦੇਂਦੇ ਇੱਕ ਵਾਰੀ ਤਾਂ ਅਜਵਾ ਲੈਂਦੇ ਹੋ ਸੋਣਾ ਨਹੀਂ ਮੰਦਾ ਜੁਗ ਬੀਤ ਗਏ ਰਹਿ ਗਏ ਜ਼ਿੰਦਗਾਨੀ ਦੇ ਦਿਨ ਥੋੜੇ ਸੋਣਾ ਨਹੀਂ ਮੰਦਾ ਜੁਗ ਬੀਤ ਗਏ ਰਹਿਗੇ ਜ਼ਿੰਦਗਾਨੀ ਦੇ ਦਿਨ ਥੋੜੇ ਐਸਾ ਵੇਖਿਆ ਬੇਪਰਵਾਹ ਮਾਹੀ ਨੀ ਮੈਂ ਹੱਥ ਜੋੜਾਂ ਤੇਉ ਦਿਲ ਤੋੜੇ ਤੇ ਇੱਕ ਵੀਰੋ ਹੁਣ ਜਾਂਦੇ ਜਾਂਦੇ ਮੈਂ ਤੁਹਾਨੂੰ ਵੀ ਇਹ ਬੇਨਤੀ ਕਰਨਾ ਕਿ ਕਈ ਵਾਰੀ ਕਿਸੇ ਵੀਰ ਨੇ ਕੋਈ ਸਟੂਡੀਓ ਨਾਵਾ ਚਲਾਇਆ ਹੁੰਦਾਗਾ ਜਾਂ ਕੋਈ ਕਿਸੇ ਨੂੰ ਵੋਕਲ ਦੀ ਲੋੜ ਹੁੰਦੀ ਹੈ ਤੇ ਜਾਂ ਕੋਈ ਵੀਰ ਰਾਜੂ ਦੇ ਲਈ ਹੈਲਪ ਕਰਨੀ ਚਾਹੁੰਦਾ ਹੋਵੇ ਕਿ ਇਹਦਾ ਕੋਈ ਗੀਤ ਰਿਕਾਰਡ ਵਗੈਰਾ ਕਰਵਾ ਦੇ ਕੋਈ ਮਤਲਬ ਇਹੀ ਸਾਡਾ ਮੇਨ ਮੋਟਿਵ ਆ ਕਿ ਜਾਂਦੀ ਉਮਰੇ ਬਾਈ ਨੂੰ ਕੋਈ ਮੌਕਾ ਮਿਲ ਜੇ ਕਿ ਇਹ ਅੱਗੇ ਆ ਸਕੇ ਲੁਕੇ ਨਾ ਰਹੇ ਟੈਲੈਂਟ ਸੋ ਜੇ ਕੋਈ ਹੈ ਤਾਂ ਪਲੀਜ਼ ਜ਼ਰੂਰ ਰਾਜੂ ਦੇ ਨਾਲ ਕੰਟੈਕਟ ਕਰੋ ਨੰਬਰ ਤੁਹਾਨੂੰ ਵੀਡੀਓ ਦੇ ਵਿੱਚ ਇਹ ਜਿਹੜਾ ਸਕਰੀਨ ਦੇ ਉੱਤੇ ਪਾ ਦੇਾਂਗੇ ਅਸੀਂ ਤੇ ਪਲੀਜ਼ ਕੋਈ ਮਤਲਬ ਅੱਗੇ ਆਓ ਹੈਲਪ ਦੇ ਲਈ ਇਹੀ ਮੇਨ ਮਕਸਦ ਸੀਗਾ ਇਸ ਵੀਡੀਓ ਨੂੰ ਬਣਾਉਣ ਦਾ ਤੇ ਰਾਜੂ ਜਾਂਦੇ ਜਾਂਦੇ ਇੱਕ ਉਹ ਪਿੰਡ ਵਾਲਾ ਗੀਤ ਜ਼ਰੂਰ ਸੁਣਾਓ ਜਿਹੜਾ ਗਾਉਣੇ ਹੁੰਦੇ ਤੁਸੀਂ ਹੋ ਇੱਕ ਖਤ ਸਜਣਾ ਵੇ ਸਾਡੇ ਨਾਂ ਲਿਖਦੇ ਤੂੰ ਹਾਂ ਲਿਖਦੇ ਜਾਂ ਨਾਂ ਲਿਖਦੇ ਹਾਂ ਲਿਖਦੇ ਜਾਂ ਨਾਂ ਲਿਖਦੇ ਇੱਕ ਖਤ ਸੱਜਣਾ ਹੋਵੇ ਸਾਡੇ ਨਾਂ ਲਿਖਦੇ ਤੂੰ ਹਾਂ ਲਿਖਦੇ ਜਾਂ ਨਾਂ ਲਿਖਦੇ ਹਾਂ ਲਿਖਦੇ ਜਾਂ ਨਾਂ ਲਿਖਦੇ